वीडियो विच लोकी पुछ रहे कौन है कौन है, वो मुंडा अगे बैठा जिसे गोली वजी है, दस ही नहीं रहा भी कौन है, किन गोलियां वजी है, वो चुप कर रहा है, वो वेख रहा है भी कितने ये बच ना जाए सिद्धू मूसे वाला, भी खत्म हो जाएगा इतने प्यार है फिर संगे उन्हें दस ही नहीं, लोगों ने पछाण के कहा भी यह सिद्धू मूसे वाला है, पर जेड़ा बंदा नाल बैठा है उन्हें बिल्कुल नहीं कहा भी यह सिद्धू मूसे वाला जो गोलियां मारती उन्होंने जब मेरे बांह से गोली बज गई है, वो चुप करके गड्डी बैठा अरमान नाल, वो दूजे ले आके मुंडे पानी पिया रहे आ, ये गल्लां ध्यान मंगदियां ने, ये ध्यान मंगदियां, ध्यान करो मेरी गल दा, ਇਹ ਕਿਸੇ ਨੇ ਦੱਸਿਆ ਹੋਵੇਗਾ ਵੀ ਇਸ ਟਾਈਮ ਘਰੋਂ ਨਿਕਲੇ ਆ, ਮਾਸੀ ਕੋਲ ਚੱਲਿਆ, ਸ਼ਾਮ ਨੂੰ ਆਉਣ ਦਾ ਮਤਲਬ ਨੀ, ਫਿਰ ਚਾਬੀਆਂ ਆਂਦੇ ਨੇ ਗੱਡੀ ਦੀ ਚਾਬੀਆਂ ਲੱਭੀਆਂ ਜਿਹਦੇ ਵਿੱਚ ਇਹਨਾਂ ਆਉਣਾ ਸੀਗਾ, ਉਹ ਘਰੋਂ ਚਾਬੀਆਂ ਗਵਾਚ ਗਈਆਂ ਮੌਕੇ ਤੇ, ਜੇ ਇੱਕ ਦੂਜੀ ਹੋਰ ਗੱਡੀ ਸੀ ਉਹ ਗੱਡੀ ਦੀ ਹਵਾ ਨਿਕਲੀ ਹੋਈ ਸੀ ਤੇ ਫਿਰ ਥਾਰ ਤੇ ਆਏ ਆ, ਇਹ ਘਰੋਂ ਹੀ ਸਕੀਮ ਪਹਿਲੋਂ ਬਣ ਬਣ ਚੁੱਕੀ ਸੀ ਵੀ ਸ਼ਾਮ ਨੂੰ ਜਾਣਾ ਤੇ ਜਿਹੜੀ ਗੱਡੀ ਹੈਗੀ ਬੁਲਟ ਪਰੂਫ ਉਹਦੀ ਚਾਬੀਆਂ ਗੁੰਮ ਗਈਆਂ ਤੇ ਫਿਰ ਵਿੱਚ ਜਿਹੜੇ ਗਨਮੈਨ ਨੇ ਉਹ ਬਹਿ ਨਹੀਂ ਦਿੱਤੇ, ਇਹ ਜਿਹੜੇ ਨਾਲ ਮੁੰਡੇ ਨੇ ਇਹਨਾਂ ਤੋਂ ਇਨਕੁਆਰੀ ਕੀਤੀ ਜਾਏ ਤੇ ਜਿਹੜਾ ਮੋਬਾਈਲ ਤੇ ਇਹਨਾਂ ਨੇ ਆਪਣਾ ਸਾਰਾ ਕੁਝ ਦਿੱਤਾ ਸੀ ਉਹਨਾਂ ਨੂੰ ਦੱਸੀ ਗਿਆ ਵੀ ਕਿੱਥੇ ਆ ਗਏ ਕਿੱਥੇ ਨਹੀਂ, ਉਹ ਮੋਬਾਈਲ ਵੀ ਉਹ ਬੰਦੇ ਲੈ ਕੇ ਗਏ ਹੋਣਗੇ ਇਹਨਾਂ ਕੋਲੋਂ, ਜਦੋਂ ਮੁੰਡਾ ਦੁਬਾਰੇ ਆਇਆ ਨਾ ਮੁੜ ਕੇ ਦੱਸ ਰਿਹਾ ਵੀ ਦੁਬਾਰੇ ਮੁੰਡਾ ਦੋ ਵਾਰੀ ਮੁੜ ਕੇ ਆਇਆ ਉਹਨੇ ਵੇਖਿਆ, ਹੁਣ ਉਹ ਬਚਣ ਵਾਸਤੇ ਤੇ ਗੱਲ ਕਹਿ ਰਿਹਾ ਨਾ ਵੀ ਉਹ ਜਦੋਂ ਦੁਬਾਰੇ ਜਦੋਂ ਮੈਂ ਤਾਂ ਧੌਣ ਚੁੱਕੀ ਉਹ ਮੁੰਡੇ ਦੁਬਾਰੇ ਆਏ ਤੇ ਉਹਨਾਂ ਨੇ ਫਿਰ ਗੋਲੀ ਮਾਰੀ, ਉਹਨਾਂ ਨੇ ਫਿਰ ਗੋਲੀ ਮੂਸੇ ਵਾਲੇ ਨੇ ਮਾਰੀ, ਉਹਨਾਂ ਨੇ ਫਿਰ ਗੋਲੀ ਇਹਦੇ ਮਾਰੀ, ਇਹਨਾਂ ਕਿਹਾ ਵੀ ਮੇਰੀ ਭੈਣ ਜੋ ਮੈਨੂੰ ਤੇ ਗੋਲੀ ਮਾਰ ਜੋ ਜੇ ਮੈਨੂੰ ਗੋਲੀ ਨਹੀਂ ਵੱਜੀ ਤੇ ਮੈਨੂੰ ਤਾਂ ਸ਼ੱਕ ਪਊਗਾ, ਇਹ ਮੁੰਡੇ ਦੇ ਖੁਦ ਦੇ ਬਿਆਨ ਨੇ ਵੀ ਉਹਨਾਂ ਨੇ 2 ਮਿੰਟ ਦੁਬਾਰੇ ਆ ਕੇ ਫਿਰ ਗੋਲੀ ਮਾਰੀ ਆ, ਉਹ ਜਿਹੜੇ ਆ ਕੇ ਦੁਬਾਰੇ ਇੱਕ ਤੇ ਤੋਂ ਮੋਬਾਈਲ ਲੈ ਗਏ ਹੋਣਗੇ ਜਿਹਦੇ ਉੱਤੇ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਿੱਥੇ ਆ ਗਿਆ ਕਿੱਥੇ ਨਹੀਂ, ਤੇ ਇੱਕ ਉਹਨੂੰ ਦੁਬਾਰੇ ਬਾਂਹ 'ਚ ਗੋਲੀ ਮਾਰ ਕੇ ਗਏ ਆ, ਪਹਿਲਾਂ ਕੋਈ ਗੋਲੀ ਨਹੀਂ ਵੱਜੀ, ਸਾਹਮਣੇ ਗੋਲੀਆਂ ਸਿੱਧੂ ਦੇ ਵੱਜੀਆਂ ਉਹਦੇ ਸਾਰੇ ਸਰੀਰ ਤੇ ਵੱਜ ਗਈਆਂ, ਸਾਹਮਣੇ ਦੂਜੇ ਮੁੰਡੇ ਦੇ ਵੱਜੀਆਂ ਉਹਦੇ ਕਿਤੇ ਨਹੀਂ ਵੱਜੀ, ਇਕੱਲੇ ਬਾਂਹ ਤੇ ਵੱਜੀ ਆ, ਇਹ ਉਦੋਂ ਮਾਰੀਆਂ ਉਹਦੇ ਸਾਹਮਣੇ ਸ਼ੀਸ਼ੇ ਤੇ ਮੁੰਡੇ ਨੂੰ ਜਦੋਂ ਬਚਾ ਕੇ।